ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲਾ ਦੇ ਨੌਂਦੇ ਪਿੰਡ ਸਾਰੰਗਵਾਲ ਤੋਂ ਹੈ ਇਹ ਖਬਰ, ਜਿੱਥੇ ਕਿ ਇੱਕ ਸ਼ਰਾਬੀ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਆਪਣੀ ਬਾਹ ਘਰ ਵਿੱਚ ਲੱਗੇ ਕੱਚ ਵਿੱਚ ਮਾਰ ਲਈ, ਜਿਸ ਕਾਰਨ ਬਾਹ ਦੀਆਂ ਨਸਾਂ ਕੱਟ ਹੋਣ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸਾਰੰਗਵਾਲ ਵਜੋਂ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਵਤਾਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਘਰ ਵਿੱਚ ਅਕਸਰ ਲੜਾਈ ਝਗੜਾ ਕਰਦਾ ਸੀ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀਬੀਸੀ ਅਪਡੇਟ ਲਈ ਚੱਬੇਵਾਲ ਤੋਂ ਵਿਜੇ ਕੁਮਾਰ ਦੀ ਰਿਪੋਰਟ। ਕੀ ਨਾਂ ਆਪਣਾ ਜੀ? ਮੇਰਾ ਨਾਂ ਕੁਲਵਿੰਦਰ ਸਿੰਘ। ਕੀ ਇੱਥੇ ਘਟਨਾ ਹੋਈ ਸੀ? ਇਹ ਜੋ ਅਵਤਾਰ ਸਿੰਘ ਸੀ ਇਹ ਸ਼ਰਾਬ ਪੀਣ ਦਾ ਆਦੀ ਸੀ, ਬਹੁਤ ਇਹਦਾ ਸ਼ਰਾਬ ਬਹੁਤ ਪੀਂਦਾ ਸੀ। ਸ਼ਰਾਬ ਪੀ ਕੇ ਫਿਰ ਘਰ ਦੇ ਵਿੱਚ ਕਲਿਆ ਕਲੇਸ਼ ਕਰਦਾ। ਕਿੰਨੇ ਕੁ ਚਿਰ ਤੋਂ ਆਦ ਸੀ ਇਹਨੂੰ ਸ਼ਰਾਬ? ਕਾਫੀ ਚਿਰ ਤੋਂ ਸੀ ਜੀ, ਇਹ ਬਹੁਤ ਚਿਰ ਤੋਂ, ਲੰਮੇ ਸਮੇਂ ਤੋਂ ਕਹਿ ਸਕਦੇ ਹਾਂ। ਅਤੇ ਉਹ ਕਲਿਆ ਕਲੇਸ਼ ਘਰ ਦੇ ਵਿੱਚ ਹੋਣ ਕਰਕੇ ਫਿਰ ਇਹਨੇ ਘਰ ਵਾਲੀ ਆਈ ਸੀ ਬਾਹਰੋਂ, ਅਤੇ ਉਹ ਫਿਰ ਜਦੋਂ ਇਹਨਾਂ ਨਾਲ ਕਲੇਸ਼ ਕਰਦਾ ਸੀ ਉਹ ਲੜਾਈ ਤੋਂ ਡਰਦੇ ਅੰਦਰ ਵੜ ਗਏ, ਅੰਦਰ ਕੁੰਡਾ ਲਾ ਲਿਆ ਉਹਨੇ, ਉਹ ਬਾਹਰੋਂ ਕੁੰਡਾ ਖਿਲਾਉਂਦਾ ਸੀ ਅਤੇ ਕੁੰਡਾ ਖੋਲ੍ਹੋ, ਉਹ ਉਹਨਾਂ ਨੂੰ ਕੁੱਟਣ ਮਾਰਨ ਪੈਂਦਾ ਸੀ ਅਵਤਾਰ ਸਿੰਘ ਜਿਹੜਾ ਸੀ। ਅਤੇ ਉਹ ਫਿਰ ਇਸ ਗੱਲ ਤੋਂ ਡਰਦੇ ਕੁੰਡਾ ਨਹੀਂ ਸੀ ਖੋਲ੍ਹਦੇ, ਆ ਸ਼ੀਸ਼ੇ ਦਾ ਦਰਵਾਜ਼ਾ ਹੋਣ ਕਰਕੇ ਉਹਨੂੰ ਆਪਣੀ ਬਾਂਹ ਮਾਰੀ, ਕੱਚ ਟੁੱਟ ਗਿਆ, ਕੱਚ ਟੁੱਟਣ ਦੇ ਨਾਲ ਫਿਰ ਬਾਂਹ ਵੱਢੀ ਗਈ, ਉਹ ਲਹੂ ਜ਼ਿਆਦਾ ਨਿਕਲਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਕਿੰਨੇ ਮੈਂਬਰ ਹੈ ਘਰ ਦੇ? ਹਾਂਜੀ, ਇਹ ਦੋ ਲੜਕੇ ਆ ਜੀ ਅਵਤਾਰ ਸਿੰਘ ਦੇ, ਅਤੇ ਇੱਕ ਲੜਕੀ ਆ, ਲੜਕੀ ਵਿਆਹੀ ਹੋਈ ਆ। ਠੀਕ ਹੈ ਜੀ। ਅਤੇ ਲੜਕੇ ਕੁਆਰੇ ਹੀ ਨੇ। ਇਹ ਮਾਮਲਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਅੱਜ ਸਵੇਰੇ ਸਾਨੂੰ ਫੋਨ ਆਇਆ ਸੀ, ਅਵਤਾਰ ਸਿੰਘ ਸਨ ਆਫ ਸਾਧੂ ਸਿੰਘ ਪਿੰਡ ਸਰਗਵਾਲ ਆ, ਇਹਨਾਂ ਦੀ ਡੈਥ ਹੋ ਗਈ ਹੈ। ਅਤੇ ਉਹਦੇ ਸੰਬੰਧ ਵਿੱਚ ਜਦੋਂ ਇੱਥੇ ਮੌਕੇ 'ਤੇ ਅੱਗੇ ਵੈਰੀਫਾਈ ਕੀਤਾ, ਜਿਹਦੇ ਪਰਿਵਾਰ ਨੇ ਦੱਸਿਆ, ਨਵਦੀਤ ਕੌਰ ਨੇ, ਕਿ ਉਹਦੀ ਪਤਨੀ ਨੇ, ਕਿ ਮੇਰਾ ਪਤੀ ਸ਼ਰਾਬ ਸ਼ੁਰੂ ਪੀਂਦਾ ਸੀ, ਸ਼ਰਾਬ ਪੀ ਕੇ ਉਹਨੇ ਰਾਤ ਕਿਤੇ ਆਪਣੇ ਘਰ ਦੇ ਹੀ ਤਾਕੀ ਸ਼ੀਸ਼ੇ ਵਾਲੀ ਤਾਕੀ ਦੇ ਵਿੱਚ ਮੁੱਕਾ ਮਾਰਿਆ, ਜਿਹਦੇ ਨਾਲ ਉਹਦੀ ਸੱਜੀ ਬਾਂਹ ਦੇ ਜਾਂ ਨਸਾਂ ਜਿਹੜੀਆਂ ਕੱਟ ਹੋ ਗਈਆਂ, ਨਸਾਂ ਕੱਟ ਹੋਣ ਨਾਲ ਜਿਹੜੇ ਕਾਫੀ ਖੂਨ ਨਿਕਲਿਆ, ਤਾਂ ਇਸ ਕਰਕੇ ਉਹਦੀ ਡੈਥ ਹੋਈ। ਠੀਕ ਹੈ ਜੀ। ਕਾਰਵਾਈ ਦਿੰਦੀ ਕਾਰਵਾਈ ਜਿਹਦੀ ਕਾਰਵਾਈ ਇੱਕ ਸੌ ਉਹਨਾਂ ਦੇ ਬਿਆਨਾਂ 'ਤੇ ਨਵਨੀਤ ਕੌਰ ਦੇ ਬਿਆਨ 'ਤੇ ਉਹਦੀ 174 ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹਾਲ ਦੀ ਘੜੀ, ਬਾਕੀ ਗਾਂਹ ਜੇ ਕੁਛ ਲੱਗਾ ਤਾਂ ਉਹਦੇ ਮੁਤਾਬਕ ਜੋ ਤਰਤੀਜ ਹੈ ਉਹ ਅਗਲੀ ਕਾਰਵਾਈ।